ਅਰੇ ਵੀਰ ਭਰਾ, ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਵੱਡੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ। ਆਪਾਂ ਪਿੱਛੇ ਸ਼ਾਮ ਵਾਲੀ ਵੀ ਵੀਡੀਓ ਪਾਤੀ, ਉਹ ਵੀ ਤੁਸੀਂ ਚੈੱਕਆਊਟ ਜ਼ਰੂਰ ਕਰ ਲਿਓ। ਰਿਕਾਰਡ ਬਣਨੇ ਆ ਜਿੱਥੇ ਜੋ ਸ਼ਾਮ ਦੇ ਵੇਲੇ ਦੱਸਿਆ ਸੀਗਾ ਅਸੀਂ ਜਿਸ ਟੂਰਨਾਮੈਂਟ 'ਤੇ ਕਮਾਲਪੁਰੇ ਦਾ ਅੱਜ ਮੇਲਾ। ਤੁਹਾਨੂੰ ਵੀ ਪਤਾ ਰਿਕਾਰਡ ਬਣਦੇ ਇਸ ਕਬੱਡੀ ਕੱਪ 'ਤੇ, ਵੱਡੇ ਖਿਡਾਰੀ ਖੇਡਦੇ ਆ। ਹਰ ਵਾਰੀ ਜਦੋਂ ਇਹ ਮੇਲਾ ਕਰਵਾਇਆ ਜਾਂਦਾ ਤਾਂ ਕਮੇਟੀ ਵਾਲੇ ਦਾ ਇੱਕ ਅਸੂਲ ਹੁੰਦਾ ਵੀ ਵੱਡੇ ਖਿਡਾਰ ਕੋਈ ਸੱਦਣੇ ਆ, ਅਸੀਂ ਉਹ ਮੇਲਾ ਕਰਾਉਣਾ ਜੋ ਦਰਸ਼ਕਾਂ ਨੂੰ ਦੇਖ ਕੇ ਸਵਾਦ ਆ ਜਾਵੇ। ਅੱਜ ਉੱਦਾਂ ਹੀ ਰਿਕਾਰਡ ਬਣਨੇ ਆ। ਕਮਾਲਪੁਰੇ ਦਾ ਮੇਲਾ ਵੀ ਆ, ਬਾਕੀ ਪਹਿਲਾਂ ਅੱਜ ਮਾਝੇ ਦੇ ਟੂਰਨਾਮੈਂਟ ਦੀ ਗੱਲ ਕਰੀਏ। ਦੇਵੀਦਾਸਪੁਰ ਦੇ ਵਿੱਚ 4 ਕਲੱਬਾਂ ਘੁਮਾਣ, ਨੜਾਂ ਵਾਲੀ ਦੀ ਟੀਮ, ਵੱਡੀਆਂ ਟੀਮਾਂ ਇੱਥੇ 4 ਖੇਡਣਗੀਆਂ। ਮਜੈਲ TV ਅਫੀਸ਼ੀਅਲ ਵੈਬਸਾਈਟ 'ਤੇ ਲਾਈਵ ਚੱਲਣਾ ਇਸ ਕਬੱਡੀ ਕੱਪ ਦਾ। ਮਾਲਵਾ TV 'ਤੇ ਵੀ ਲਾਈਵ ਚੱਲੇਗਾ, ਵੱਡਾ ਕਬੱਡੀ ਕੱਪ ਇਹ ਮਾਝੇ ਦੇ ਵਿੱਚ ਹੋਣਾ। ਇਸ ਤੋਂ ਅੱਗੇ ਅੱਜ ਸਾਰਿਆਂ ਨੂੰ ਪਤਾ, ਕਿਉਂਕਿ ਇਹਦੀਆਂ ਗੱਲਾਂ ਛਿੜੀਆਂ ਹੋਈਆਂ ਇਸ ਟੂਰਨਾਮੈਂਟ ਦੀਆਂ, ਪਿੱਛੇ ਜੇ ਸਮੇਂ ਤੋਂ ਹੀ ਇਸ ਕਬੱਡੀ ਕੱਪ ਦੀ ਚਰਚਾ ਹੁੰਦੀ ਆ ਰਹੀ ਆ। ਕਮਾਲਪੁਰੇ ਦਾ ਮੇਲਾ ਅੱਜ ਦੇ ਦਿਨ ਕਰਵਾਇਆ ਜਾਣਾ, ਓਪਨ ਦੇ ਮੈਚ ਆ। 3 ਖਿਡਾਰੀ ਬਾਹਰੋਂ ਵੱਡੇ ਟੂਰਨਾਮੈਂਟ 'ਤੇ ਇਸ ਕਬੱਡੀ ਕੱਪ 'ਤੇ, ਵੱਡੀਆਂ ਟੀਮਾਂ 75 ਬੈਸਟਾਂ ਨੂੰ 69 ਅਤੇ ਟੀਮਾਂ ਦੀ ਮੈਂ ਜੋ ਆ ਜਾਣਕਾਰੀ ਦੇ ਦਿੱਤੀ ਆ, ਫਿਰ ਤੁਹਾਨੂੰ ਦੱਸ ਦਿੰਦਾ। ਪਹਿਲਾਂ ਵੀਡੀਓ ਪਾਈ ਹੋਈ ਆ, ਉਸ ਵੀਡੀਓ ਦੇ ਵਿੱਚ ਸਭ ਕੁਝ ਦੱਸ ਦਿੱਤਾ ਸੀ ਖਿਡਾਰੀਆਂ ਬਾਰੇ ਵੀ ਸਿਰੇ ਦੇ ਖਿਡਾਰੀ ਭਾਵੇਂ ਹਾਕਮ ਵਾਲੀ ਆ, ਜੱਗੂ ਸੋਨੀ ਭਾਦੜੇ ਵਾਲਾ ਹਾਕਮ ਵਾਲ ਦੀ ਵੱਡੀ ਟੀਮ ਇਸ ਕਬੱਡੀ ਕੱਪ 'ਤੇ ਖੇਡਣੀ ਆ। ਅਤੇ ਸ਼ੀਲੂ ਦੀ ਟੀਮ ਦੀ ਗੱਲ ਕਰੀਏ, ਅੰਬਾ ਸੌਰ ਸਿੰਘ ਵਾਲਾ, ਮਾਨ ਸਿੰਘ ਦੌਲਟ, ਅਤੇ ਜੋ ਹੈ ਵੱਡੇ ਖਿਡਾਰੀ ਇਸ ਟੀਮ ਦੇ ਵਿੱਚ, ਬਾਂਟੀ ਟਿੱਬੇ ਵਾਲਾ ਸ਼ੀਲੂ ਦੇ ਨਾਲ ਆ, ਇਕੱਲਾ ਹੀ ਆ ਜਾਫੀ। ਮੈਨੂੰ ਲੱਗਦਾ ਅੱਜ ਫਿਰ ਹਰਿਆਣੇ 'ਚ ਹੀ ਜਾਣੇ ਆ, 69 ਦੇਖਦੇ ਹਾਂ ਬਾਕੀ, ਕਿਉਂਕਿ ਸ਼ਾਜੀ ਹੁਣੇ ਵੀ ਵੱਡੀ ਟੀਮ ਲੈ ਕੇ ਪਹੁੰਚ ਰਹੇ ਆ। ਸ਼ਕਰਪੁਰ ਦੇ ਵਿੱਚ ਗੁਰਵਿੰਦਰ ਘਾਂਗੇ ਵਾਲਾ, ਦੀਪਕ ਕਾਸ਼ੀਪੁਰੀਆ, ਇਹਨਾਂ ਦੀ ਵੱਡੀ ਟੀਮ ਆ, ਇਹਨਾਂ ਦੇ ਵਿੱਚ ਵੀ ਸਿਰੇ ਦੇ ਖਿਡਾਰੀ। ਬਾਕੀ ਦੇਖਾਂਗੇ ਤੁਸੀਂ ਤੁਹਾਨੂੰ ਕੀ ਲੱਗਦਾ ਕਿਹੜਾ ਲੈ ਜੂ ਅੱਜ 69, ਤੁਸੀਂ ਵੀ ਦੱਸ ਸਕਦੇ ਹੋ। ਦੋਦੇ ਵਾਲੇ ਵੀ ਪਹੁੰਚ ਰਹੇ ਆ, ਸੂਰੇ ਵਾਲੀ ਆ ਗਗਨ। ਦੋਦੇ ਵਾਲਿਆਂ ਦੀ ਟੀਮ ਦੇ ਵਿੱਚ ਆ ਕਲਿਆਣ ਸੁੱਖੇ ਦੀ ਟੀਮ, ਕਾਲੇ ਸੰਘਿਆਂ ਦੀ ਟੀਮ, ਯੋਧਾ ਸੁਰਖਪੁਰੀਆ ਪਹੁੰਚ ਰਿਹਾ, ਯਾਦੇ ਹੁਣੀ ਵੱਡੀ ਟੀਮ ਲੈ ਕੇ, ਮਾਝੇ ਤੋਂ ਦਵਰਜੀ ਵਾਲਾ ਦੀਪ, ਗੁਰਦਿੱਤ ਟਾਰਜਨ ਖਡੂਰ ਸਾਹਿਬ ਦੀ ਵੱਡੀ ਟੀਮ ਪਹੁੰਚ ਰਹੀ ਆ, ਜਾਣੀ ਕਿ ਬੁੱਟਰਾਂ ਦੀ ਟੀਮ ਆ, ਕਾਲੇ ਸੰਘਿਆਂ ਦੀ ਟੀਮ ਆ, ਸਾਰੀਆਂ ਹੀ ਚੋਟੀ ਦੀਆਂ ਟੀਮਾਂ ਇਸ ਕਬੱਡੀ ਕੱਪ 'ਤੇ ਖੇਡਣਗੀਆਂ। ਬਰਸਾਲਪੁਰੀ ਇਹ ਪਹੁੰਚ ਰਹੇ ਆ, ਆਲਮਗੀਰੀਆ ਜਸ਼ਨ ਜੋ ਹੈ ਤੁਹਾਨੂੰ ਦੇਖਣ ਨੂੰ ਮਿਲਣਾ ਬਰਸਾਲਪੁਰ ਦੀ ਟੀਮ ਦੇ ਵਿੱਚ, ਆਲਮਗੀਰੀਆ ਜਸ਼ਨ ਵੀ ਖੇਡੇਗਾ। ਬਾਕੀ ਫਰਿਆਦ ਅਤੇ ਇੰਦਰਜੀਤ ਦਾ ਸਾਰੇ ਭਰਾ ਪੁੱਛਣਗੇ ਅੱਜ ਖੇਡਣਾ ਜਾਂ ਨਹੀਂ, ਕਿਉਂਕਿ ਚਿੱਟੀਆਂ ਨਿਕਰਾਂ ਵਾਲਿਆਂ ਦੀ ਦੁਨੀਆ ਦਵਾਨੀ ਆ, ਪਰ ਉਹਨਾਂ ਨੇ ਨਹੀਂ ਖੇਡਣਾ ਇਸ ਕਬੱਡੀ ਕੱਪ 'ਤੇ, ਹਜੇ ਕਾਫੀ ਟਾਈਮ ਨਹੀਂ ਖੇਡਦੇ ਇਹ ਖਿਡਾਰੀ। ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ, 365 ਕਬੱਡੀ 1-2-3 ਵੱਡੀਆਂ ਵੈਬਸਾਈਟਾਂ, ਕਾਫੀ ਜੋ ਆ ਵੈਬਸਾਈਟਾਂ ਲਾਈਵ ਕਰ ਰਹੀਆਂ ਇਹ ਵੱਡਾ ਕੱਪ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ 12 ਵਜੇ ਦੇ ਕਰੀਬ ਲਾਈਵ ਚੱਲ ਜਾਣਾ। ਅੱਜ ਦੇਖਦੇ ਹਾਂ ਸ਼ਾਮ ਨੂੰ ਵੀ ਕਿੱਧਰ ਜਾਣੇ ਆ 69, ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ। ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਸਾਰੇ ਭਰਾ, ਨਵੀਂ ਅਪਡੇਟ ਲੈ ਕੇ ਮਿਲਦੇ ਹਾਂ। ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਚਾਹੁੰਦਾ ਦਿਲ ਤੋਂ। ਨਵੀਂ ਵੀਡੀਓ ਦੇ ਵਿੱਚ ਮਿਲਾਂਗੇ। ਰਵੀ ਦਿਓਰੇ ਬਾਰੇ ਵੀ ਕਾਫੀ ਵੀਰ ਪੁੱਛਣਗੇ, ਰਵੀ ਦਿਓਰੇ ਦੀ ਸਿਹਤ ਨਹੀਂ ਠੀਕ ਤਾਂ ਕਰਕੇ ਉਹ ਨਹੀਂ ਖੇਡੇਗਾ, ਨਾ ਹੀ ਵਿਨੇ ਖੱਤਰੀ ਨੇ ਖੇਡਣਾ। ਧੰਨਵਾਦ।